टीवी पंजाब देख रहे सारे ही दर्शकों का हार्दिक स्वागत है। दर्शकों मैं हाँ चमकौर सिंह लोपू। दर्शकों अज असी बदनी कला जिथे कि भारतीय किसान यूनियन एकता उगराहां की वड्डी मीटिंग हुई सी, सो जथेबंदी दे प्रधान ने अपने नाल जोगिंदर सिंह जी उगराहां गलबात करदे आ किहड़े मुद्दियां नूं लैके मीटिंग हुई, होर भी वख वख मुद्दियां दे उत्ते जानकारी लवांगे। प्रधान जी स्वागत है। सत श्री अकाल। अज जिहड़ी मीटिंग हुई है जी, की मेन मुद्दे सी, इहदे बारे पहलां जानकारी। मेन मुद्दा तो इतने जो 8 मार्च आ रहा असं औरत दिवस मना रहे, उसकी तैयारी वजो मीटिंग सी। औरतों किमें लैके जाना पिंडों, किमें उ गल लेके जानी है, औरतों की की समस्यावान ने, किसानी किमें जुड़े, किसानी की समस्या, मैंने कुल गल लेके जाओ, लोगों को दसो जी नवी खेती नीति आ रही है वो की कर दूगी, तो पंजाब सरकार वो बारे की सोचती, आप ने की स्टैंड दिता, वो सारिया गल् साझिया करनिया, तो ड्यूटियां लगिया ने वो बारे मीटिंग। औरत जिहड़ियां हैगियां अपनी जथेबंदी च बहुत वड्डा केडर आ, क्योंकि होर जे जथेबंदियां च गिणती घट आ, तुसीं बहुत पिंडां दे विचों जिहड़ियां औरतां, किहे जे जिहड़ी तुसीं 8 तरीक नूं इह बरनाला दे विच वड्डी रैली कर रहे आ औरत दिवस, उत्थे की सुनेहा की होऊगा, की अगे औरतां नूं किस तरह दे नाल गाइड कर? देखो उत्थे तां असीं औरतां नूं इह कहिणा वी इह कल्ले किसानां दी लड़ाई नहीं, इह बहुत वड्डी लड़ाई आ, इह वड्डी कल्ले किसान नहीं लड़ सकदे, ਇਹ ਪਰਿਵਾਰਾਂ ਦੀ ਲੜਾਈ ਬਣਨੀ ਚਾਹੀਦੀ ਹੈ। ਪਰਿਵਾਰਾਂ ਦੀ ਲੜਾਈ ਫਿਰ ਹੀ ਬਣਨੀ ਹੈ ਜੇ ਔਰਤਾਂ ਅਤੇ ਮਰਦ ਇਕੱਠੇ ਹੋ ਕੇ ਲੜਨਗੇ, ਖੇਤ ਮਜ਼ਦੂਰਾਂ ਨੂੰ ਨਾਲ ਲੈਣਗੇ, ਬੇਰੁਜ਼ਗਾਰਾਂ ਨੂੰ, ਵਿਦਿਆਰਥੀਆਂ ਨੂੰ ਨਾਲ ਲੈ ਕੇ, ਵੱਡਾ ਹਿੱਸਾ ਜਿਹੜਾ ਪੀੜਤ ਹੈ ਨਵੀਆਂ ਨੀਤੀਆਂ ਤੋਂ, ਉਹ ਜਦੋਂ ਸਾਰਾ ਇਕੱਠਾ ਹੋ ਕੇ ਲੜੂਗਾ, ਜਿਵੇਂ ਪਹਿਲਾਂ ਆਪਾਂ ਦਿੱਲੀ ਵਾਲਾ ਮੋਰਚਾ ਲੜਿਆ, ਉਦੋਂ ਕਿੰਨੇ ਵਰਗ ਦੇ ਲੋਕ ਆਪਣੇ ਨਾਲ ਜੁੜੇ ਨੇ, ਇਸ ਲੜਾਈ 'ਚੋਂ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਤੁਰਨਾ, ਅਤੇ ਫਿਰ ਇਹ ਲੜਾਈ ਕੇਂਦਰ ਤੋਂ ਜਿੱਤੀ ਜਾਊਗੀ, ਉਹ ਦੂਰੇ ਜਿੱਤੀ ਨਹੀਂ ਜਾਣੀ, ਇਸ ਕਰਕੇ ਉਹ ਵਿਹਾਰ ਕਰਨ ਵਾਸਤੇ ਤਿਆਰੀ ਕਰਨ ਦੇ ਖਾਤਰ ਹੀ ਉਤਸ਼ਾਹਿਤ ਹੋ ਕਰਕੇ ਭੇਜਣਾ। ਉੱਥੇ ਪ੍ਰਧਾਨ ਜੀ ਜਦੋਂ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬਣੀ ਸੀ, ਕਹਿੰਦੀ ਕਿਸਾਨਾਂ ਨੂੰ ਧਰਨਾ ਨਹੀਂ ਲਾਉਣਾ ਪਊਗਾ, ਆਪੇ ਮੰਗਾਂ, ਹੁਣ ਬਿਜਲੀ ਆ, ਰਾਤ ਨੂੰ ਆਉਂਦੀ ਆ, ਕਿਸੇ ਦੇ ਪਾਣੀ ਟੁੱਟ ਜਾਂਦੇ ਨੇ, ਕਿਸਾਨਾਂ ਦੇ ਆਪਸ ਵਿੱਚ ਦੀ ਵੈਰ ਵਿਰੋਧ ਪੈ ਰਹੇ ਨੇ, ਬਿਜਲੀ ਤੱਕ ਨਹੀਂ ਦਿੱਤੀ ਜਾ ਰਹੀ, ਸਾਰੇ ਪੰਜਾਬ ਅੰਦਰੀ ਕਿਵੇਂ ਦੇਖਦੇ? ਦੇਖੋ ਕੰਨ ਪੱਕ ਕੇ ਸਾਨੂੰ ਇਹ ਗੱਲਾਂ ਸੁਣਦਿਆਂ ਨੂੰ ਤਾਂ ਬਹੁਤ ਸਾਰੀਆਂ ਸਰਕਾਰਾਂ ਜਿਹੜੀਆਂ ਆਉਂਦੀਆਂ ਨੇ ਕਹਿੰਦੀਆਂ ਕੁਛ ਨੇ, ਕਮਾਉਂਦੀਆਂ ਕੁਛ ਨੇ, ਜਿੱਥੇ ਤੱਕ ਬਿਜਲੀ ਦਾ ਸੰਬੰਧ ਹੈ, ਬਿਜਲੀ ਦੀ ਸਪਲਾਈ ਦਾ ਅਸੀਂ ਨੇ ਕੀਤੀ ਸੀ ਗੱਲ ਉਹਨਾਂ ਦੀ ਮੈਨੇਜਮੈਂਟ ਨਾਲ, ਵੀ ਤੁਸੀਂ ਕੋਈ ਦਿਨ ਬੰਨੋ ਸਾਡੇ ਵਾਸਤੇ, ਦਿਨ 'ਚ ਜੇ ਤੁਸੀਂ 4 ਦਿਨ ਬਿਜਲੀ ਰਾਤ ਨੂੰ ਦਿੰਦੇ ਹੋ, 4 ਦਿਨ 'ਚ ਦਿੰਦੇ ਹੋ, ਉਹ ਵੀ ਟੁੱਟਵੀਂ ਦਿੰਦੇ ਹੋ ਸਾਨੂੰ, ਚਾਹੇ ਤੁਸੀਂ 2 ਦਿਨ ਦੇ ਦਿਓ, 3 ਦਿਨ ਦੇ ਦਿਓ, ਉਹ ਸਾਨੂੰ ਵਾਜਮਾ ਟਾਈਮ ਦੇ ਦਿਓ ਜਿੰਨੇ ਦੇਣੇ ਆ, ਉਹ ਜਿਹੜੀ ਸੰਗਰੂਰ ਦੇ ਵਿੱਚ ਤਾਂ ਤੈਅ ਹੋ ਗਿਆ ਉਹਨਾਂ ਨੇ 2 ਦਿਨ ਦੇ ਪੱਕੇ ਕਰਤੇ, ਇੱਕ ਵੀਰਵਾਰ ਹੈ ਸ਼ਾਇਦ, ਇੱਕ ਸ਼ੁੱਕਰਵਾਰ ਹੈ ਨਾ ਬੁੱਧਵਾਰ ਹੈ, ਉਹ ਉਹਨਾਂ ਨੇ 2 ਦਿਨ ਤੈਅ ਕੀਤੇ ਨੇ ਵੀ ਇਹ 2 ਦਿਨ ਦਿਨ 'ਚ ਲਾਈਟ ਆਇਆ ਕਰੂ, ਪੂਰੇ 10 ਘੰਟੇ 8 ਘੰਟੇ ਚੱਲਿਆ ਕਰੂਗੀ, ਫਿਰ ਕਿਸੇ ਕਿਨਾਰੇ ਤਾਂ ਲੱਗੇ ਜਾਣੀ, ਕਿਸਾਨਾਂ 'ਚ ਪਾਣੀ ਦੀ ਲੋੜ ਇੰਨੀ ਕੀ ਹੈ, ਜੇ 2 ਦਿਨ ਉਹ ਹਫ਼ਤੇ 'ਚ ਦਿਨ ਨੂੰ ਦੇ ਦਿੰਦੇ ਨੇ ਬਿਜਲੀ, ਸਰਦ ਹੈ ਕਿਸਾਨਾਂ ਦਾ, ਬਾਹਲੀ ਪਾਣੀ ਦੀ ਲੋੜ ਨਹੀਂ, ਇਸ ਕਰਕੇ ਇਹ ਸਪਲਾਈ ਹੈ ਵੈਸੇ ਤਾਂ ਹੋਣੀ ਚਾਹੀਦੀ ਹੈ, ਕਿਉਂਕਿ ਇਹ ਜਿਹੜੀ ਹੁਣ ਸੀਜ਼ਨ ਹੈ, ਇਹ ਸੀਜ਼ਨ 'ਚ ਬਿਜਲੀ ਦੀ ਸਪਲਾਈ ਨੂੰ ਲੈ ਕੇ ਧਰਨੇ ਲੱਗਣ ਐਡੀ ਲੋੜ ਨਹੀਂ, ਕਿਉਂਕਿ ਇਹ ਸੀਜ਼ਨ 'ਚ ਬਹੁਤ ਸੌਖਾ, ਥੋੜ੍ਹੇ ਜਿਹੇ ਹੁਣ ਜੇ ਫਰਜ਼ ਕਰ ਲਓ 2 ਦਿਨ ਦੇ ਦਿੰਦੇ ਨੇ, 7 ਦਿਨਾਂ ਦੇ ਵਿੱਚ ਬਿਜਲੀ ਸਾਨੂੰ ਦਿਨ 'ਚ, ਤਾਂ ਵੀ ਸਾਡਾ ਸਰਦਾ ਹੈ, ਇਹ ਜਿਹੜੀਆਂ ਇਸ ਤਰ੍ਹਾਂ ਇੱਧਰ ਕਿਤੇ ਸਮੱਸਿਆ, ਉਹ ਅਸੀਂ ਕਹਾਂਗੇ ਵੀ ਇਹਨਾਂ ਨੂੰ SCA ਨੂੰ ਮਿਲੋ, ਨਹੀਂ ਤਾਂ ਫਿਰ ਚੇਅਰਮੈਨ ਨਾਲ ਗੱਲ ਕਰਕੇ ਇਹਦੀ ਸਪਲਾਈ ਠੀਕ ਕਰਾਂਗੇ। ਇੱਕ ਪ੍ਰਧਾਨ ਜੀ ਵੱਡਾ ਮੋਰਚਾ ਚੱਲ ਰਿਹਾ ਮੋਹਾਲੀ ਦੇ ਵਿੱਚ, ਜਿਹੜਾ ਬੰਦੀ ਸਿੰਘਾਂ ਨੂੰ ਲੈ ਕੇ ਹੈ, ਉੱਥੇ ਕਿਹਾ ਜਾਂਦਾ ਕਹਿੰਦੇ ਉਗਰਾਹਾਂ ਸਾਹਿਬ ਪੂਰਾ ਡਟੇ ਨਹੀਂ ਗਏ, ਮੋਰਚੇ 'ਚ ਨਹੀਂ ਪਹੁੰਚੇ ਗਏ, ਕਹਿੰਦੇ ਜੇ ਵੀ ਉਹ ਕਹਿੰਦੇ ਸਾਰਿਆਂ ਨੂੰ, ਕਹਿੰਦੇ ਹਿੰਦੂਆਂ ਨੇ ਨਹੀਂ ਕਦੇ ਧਰਨਾ ਲਾਇਆ ਵੀ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ, ਦੂਜਿਆਂ ਨੇ ਨਹੀਂ ਕਦੇ ਧਰਨਾ ਲਾਇਆ, ਜੇ ਸਿੱਖ ਸਿੱਖ ਦੀ ਰਿਹਾਈ ਮੰਗਦੇ ਤਾਂ ਕਹਿੰਦੇ ਸਾਰਿਆਂ ਦਾ, ਕਿਵੇਂ ਦੇਖਦੇ ਹੋ ਇਹਨੂੰ? ਦੇਖੋ ਜਬਰ ਕਿਸੇ ਧਰਮ ਨੂੰ ਨਹੀਂ ਦੇਖਦਾ, ਜਬਰ ਕਿਸੇ ਜਾਤ ਨੂੰ ਨਹੀਂ ਦੇਖਦਾ, ਇਹਦੀ ਕੋਈ ਜਮਾਤ ਨਹੀਂ ਹੁੰਦੀ, ਜਬਰ ਦਾ ਕੋਈ ਗੋਤ ਨਹੀਂ ਹੁੰਦਾ, ਲੁਟੇਰੇ ਦਾ ਕੋਈ ਜਾਤ ਧਰਮ ਨਹੀਂ ਹੁੰਦਾ, ਇਹ ਜਿਹੜਾ ਜਬਰ ਹੈ ਇਹ ਹੈ ਨਹੀਂ ਵੀ ਇਹੋ ਜੀ ਜਬਰ ਦੇ ਉੱਤੇ ਅਸੀਂ ਨੇ ਬੋਲਣਾ ਤਾਂ ਅਸੀਂ ਸਿੱਖਾਂ ਅਤੇ ਇਕੱਲਿਆਂ 'ਤੇ ਬੋਲਣਾ, ਕਿਉਂ? ਇਹ ਜਿਹੜੀ ਇਹ ਵਿਚਾਰ ਹੈ ਕਿਸੇ ਦੀ, ਇਹ ਸਾਡੇ ਨਾਲੋਂ ਸਾਡੀ ਵਿਚਾਰ ਵੱਖਰੀ ਹੈ, ਵੀ ਅਸੀਂ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਫਿਰ ਸਾਰੇ ਲੋਕਾਂ ਦੀ ਗੱਲ ਕਿਉਂ ਨਾ ਕਰੀਏ? ਅਸੀਂ ਜਦੋਂ ਵੀ ਕੋਈ ਗੱਲ ਨੂੰ ਕੀ ਚੁੱਕਦੇ ਹਾਂ, ਲੈ ਕੇ ਲੋਕਾਂ 'ਚ ਜਾਂਦੇ ਹਾਂ, ਤਾਂ ਸਾਡਾ ਘੇਰਾ ਇੰਨਾ ਵਿਸ਼ਾਲ ਹੋਵੇ, ਅਸੀਂ ਉਹਨਾਂ ਲੋਕਾਂ ਨੂੰ ਕਰੀਏ ਜਿਨ੍ਹਾਂ ਦਾ ਕੋਈ ਵਾਰਸ ਹੀ ਨਹੀਂ, ਬਹੁਤ ਸਾਰੇ ਇਹੋ ਜਿਹੇ ਨੇ, ਈਸਾਈ ਨੇ, ਮੁਸਲਮਾਨ ਨੇ, ਅਫਗਾਨਿਸਤਾਨ ਤੋਂ ਆ ਕੇ ਬੈਠੇ ਨੇ, ਉਹਨਾਂ ਦੀ ਜੇਲ੍ਹਾਂ ਉਹਨਾਂ ਦੇ ਕਾਨੂੰਨ ਮੁਤਾਬਕ ਪੂਰੀਆਂ ਹੋ ਗਈਆਂ, ਕਿਉਂ ਨਹੀਂ ਛੱਡੇ ਜਾਂਦੇ? ਜਿਹੜੇ ਸਿੱਖਾਂ ਦੇ ਵਿੱਚ ਵੀ ਸਿੱਖ ਨੇ, ਚਾਹੇ ਆਪਣੇ ਕਿੰਨੇ ਵੀ ਨੇ, ਆਪਣੇ ਜਿਹੜੇ ਖਾਲਿਸਤਾਨੀ ਮੂਵਮੈਂਟ ਨਾਲ, ਚਲ ਉਹਨਾਂ ਨੇ ਉਹਨਾਂ ਦੇ ਕਾਨੂੰਨ ਮੁਤਾਬਕ ਉਹਨਾਂ ਨੇ ਕੋਈ ਗੁਨਾਹ ਕੀਤੇ ਨੇ, ਉਹਨਾਂ ਦੇ ਕਾਨੂੰਨ ਮੁਤਾਬਕ ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਕਾਨੂੰਨ ਨੇ ਦਿੱਤੀਆਂ ਉਹ ਪੂਰੀਆਂ ਹੋ ਚੁੱਕੀਆਂ, ਉਹਨਾਂ ਨੂੰ ਕਿਉਂ ਨਾ ਛੱਡਿਆ ਜਾਵੇ? ਅਸੀਂ ਇਹ ਗੱਲ ਇਸ ਕਰਕੇ, ਸਾਡਾ ਇਹਨਾਂ 'ਚ ਕੋਈ ਸੀਮਤਾਈਆਂ ਨੇ ਜਿਹੜੀਆਂ, ਅਸੀਂ ਸਾਡੇ ਵਿਚਾਰ ਧਾਰਕ, ਅਸੀਂ ਸਾਡੀ ਮੰਗ ਕਹਿੰਦੇ ਵੀ ਆਹ ਮੰਗ ਬਣਦੀ ਹੈ ਕਿ ਜਿਹੜੇ
ਤੁਹਾਡੇ ਕਾਨੂੰਨ ਮੁਤਾਬਕ ਤੁਹਾਡੀ ਦਿੱਤੀ ਹੋਈ ਸਜ਼ਾ ਨੂੰ ਪੂਰੀ ਕਰ ਚੁੱਕੇ ਨੇ ਉਹ ਕੈਦੀ ਨੇ, ਉਹਨਾਂ ਨੂੰ ਰਿਹਾ ਕਰੋ। ਜਿਹੜੇ ਕੋਈ ਮੂਵਮੈਂਟ ਨਾਲ ਜੁੜ ਕੇ, ਕੋਈ ਲੇਖਕ ਨੇ, ਕੋਈ ਸਾਹਿਤਕਾਰ ਨੇ, ਉਹਨਾਂ ਨੇ ਕੋਈ ਮੂਵਮੈਂਟ ਦੇ ਸੰਬੰਧ ਕੁਛ ਲਿਖਤਾ, ਉਹ ਉਹਨਾਂ ਦੇ ਉਹਨਾਂ ਉਹ ਬੇਦੋਸ਼ੇ ਹੈ, ਉਹਨਾਂ ਨੂੰ ਰਿਹਾ ਕਰੋ। ਇਹ ਮੰਗ ਸਾਰਿਆਂ ਨੂੰ ਰਿਹਾ ਕਰੋ। ਹਾਂਜੀ ਪ੍ਰਧਾਨ ਜੀ, ਜੇ ਦੇਖਿਆ ਜਾਵੇ ਦਿੱਲੀ ਅੰਦੋਲਨ ਵੱਡੀ ਲੜਾਈ ਲੜੀ ਅਤੇ ਲੋਕ ਪਿੰਡਾਂ ਦੇ ਵਿੱਚ ਇਹ ਗੱਲ ਹੋਣ ਲੱਗ ਗਈ ਸੀ, ਕੁਝ ਆਪਣੇ ਆਗੂਆਂ ਨੇ ਵੀ ਬਿਆਨ ਦਿੱਤਾ ਜੀ ਅੰਦੋਲਨ ਵਿੱਚ ਆਏ ਵਿਕ ਗਿਆ। ਉਦੋਂ ਬਾਅਦ ਦੇ ਵਿੱਚ ਇੱਕ ਜਾਂਚ ਲੱਗਦੀ ਆ ਡਕੌਂਦਾ ਦੀ, ਜਿਹੜਾ ਬੂਟਾ ਬੁਰਜ ਗਿੱਲ ਹੈ, ਇੱਥੋਂ ਤੱਕ ਕਿ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਨੇ ਕਹਿਤਾ ਜੀ ਇਹ ਤਾਂ ਤੋਮਰ ਦੇ ਘਰ ਵਾਲੀ ਪਿੱਗ ਪਾ ਦਿੰਦੀ ਸੀ, ਇਹ ਵਿਕ ਗਏ, ਅਸੀਂ ਕਿਵੇਂ ਧਰਨਾ ਲਾਈ ਰੱਖਿਆ। ਤੁਸੀਂ ਬਹੁਤ ਬਰੀਕੀ ਨਾਲ ਇਹ ਮਾਮਲੇ 'ਤੇ ਜਾਂਚ ਕਰ ਰਹੇ ਹੋ, ਕਿਵੇਂ ਲੱਗਦਾ ਕਿ ਇਹ ਸੱਚੀ ਗੱਲ ਆ, ਵਾਕਈ ਉੱਥੇ ਐਂ ਪਿੱਗ ਖੜਕਦੇ ਹੋਣਗੇ ਜਾਂ ਵਿਕੇ ਆ, ਕਿੰਨੀ ਕੁ ਜਿੱਤ ਮਿਲੀ ਇਹਦੇ ਬਾਰੇ ਜ਼ਰੂਰ ਦਰਸ਼ਕਾਂ? ਦੇਖੋ ਅਸੀਂ ਜਦੋਂ ਮੀਡੀਆ ਦੇ ਸਾਹਮਣੇ ਆਉਂਦੇ ਹਾਂ ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਖਿਆਲ ਰੱਖਣਾ ਪੈਂਦਾ। ਹਾਂਜੀ, ਜਥੇਬੰਦੀ ਭਾਵੇਂ ਦੂਜੀ ਆ, ਸਾਡੇ ਉਹਨਾਂ ਦਾ ਵਿਚਾਰ ਤਰਕ ਵਖਰੇਵੇਂ ਹੈਗੇ ਆ, ਇਹ 'ਚ ਕੋਈ ਰੌਲਾ ਨਹੀਂ, ਪਰ ਅਸੀਂ ਉਹਨਾਂ ਦੇ ਖਿਲਾਫ਼ ਸ਼ਰੇਆਮ ਪ੍ਰਚਾਰ ਕਰੀਏ ਅਤੇ ਮੀਡੀਆ ਦੇ ਸਾਹਮਣੇ ਜਾ ਕੇ ਕਹੀਏ ਵੀ ਉਹਨਾਂ ਦਾ ਕੁਛ ਦੋਸ਼ ਹੈ। ਇਨਕੁਆਇਰੀ ਕਮੇਟੀ ਬਣਾਈ ਹੋਈ ਹੈ, ਉਹਦਾ ਮੈਂ ਕਨਵੀਨਰ ਹਾਂ, ਉਹ ਮੈਂ ਜਿਹੜੇ ਜਿੱਥੇ ਤੱਕ ਮੈਂ ਉਹਦਾ ਕਨਵੀਨਰ, ਜਿਹੜੀ ਪੜਤਾਲ ਜਾਂ ਰਿਪੋਰਟ ਦੀ ਚਿੱਠੀ ਮੈਂ ਉਹਨਾਂ ਨੂੰ ਕੱਢੀ ਹੈ, ਉਹ ਅਸੀਂ ਸੰਯੁਕਤ ਮੋਰਚੇ ਨੂੰ ਵੀ ਦਿੱਤੀ ਹੋਈ ਹੈ, ਉਹਦਾ ਜਵਾਬ ਦੇਣਾ। ਬੂਟਾ ਸਿੰਘ ਬੁਰਜੀ ਗੱਲਾਂ ਨਾਲ ਮੇਰੀ ਪਰਸੋਂ ਗੱਲ ਹੋਈ ਹੈ ਫੋਨ 'ਤੇ, ਉਹਨਾਂ ਨੇ ਮੈਨੂੰ ਜਵਾਬ ਭੇਜਣਾ, ਉਹ ਜਵਾਬ ਤੋਂ ਬਾਅਦ ਉਹਨਾਂ 'ਤੇ ਸਾਡੀ ਸੰਯੁਕਤ ਕਮੇਟੀ ਉਹ 'ਤੇ ਵਿਚਾਰ ਕਰਕੇ ਉਹਦਾ ਕਿੰਨਾ ਕੁ ਦੋਸ਼ ਹੈ ਬੂਟੇ ਦਾ, ਉਹਦੇ ਬਾਰੇ ਵਿਚਾਰ ਕਰਕੇ ਜਿਹੜਾ ਫੈਸਲਾ ਹੋਊਗਾ ਉਹ ਫਾਈਨਲ ਮੰਨਿਆ ਜਾਊ। ਕੌਣ ਕੀ ਕਹਿੰਦਾ? ਬੂਟਾ ਬੁਰਜ ਗਿੱਲ ਨੇ ਤੁਹਾਨੂੰ ਕਿਹਾ ਵੀ ਮੈਂ ਜਿਹੜੀ ਜਿਉਂ, ਕਿਉਂਕਿ ਉਹ ਕਹਿੰਦੇ ਸੀ ਅਸੀਂ ਦੇਖਾਂਗੇ, ਜਦੋਂ ਪਹਿਲਾਂ ਗੱਲਬਾਤ ਕੀਤੀ ਸੀ ਉਹਨਾਂ ਨਾਲ ਕਹਿੰਦੇ ਇਕੱਲੇ ਜੋਗਿੰਦਰ ਸਿੰਘ ਉਗਰਾਹਾਂ ਦੇ ਸੈਨ ਆ, ਕਮੇਟੀ ਦੇ ਨਹੀਂ, ਪੂਰੀ ਦੇ, ਕਿ ਉਹ ਪੂਰੀ ਕਮੇਟੀ ਦਾ ਫੈਸਲਾ ਸੀ ਜਾਂ ਕਹਿੰਦੇ ਸਾਨੂੰ ਉਗਰਾਹਾਂ ਸਾਹਿਬ ਨੇ ਇਕੱਲਿਆਂ ਨੇ ਚਿੱਠੀ ਕੱਢ? ਇਹ ਤਾਂ ਉਹਨਾਂ ਨੂੰ ਸਾਫ਼ ਹੋ ਗਿਆ ਸੀ ਮੀਟਿੰਗ ਦੇ ਵਿੱਚ, ਇਹ ਏਜੰਡਾ ਲਾਇਆ ਉੱਥੇ, ਸਾਰਿਆਂ 'ਚ ਸਾਫ਼ ਹੋਇਆ ਵੀ ਇਹ ਕਨਵੀਨਰ ਹੈ ਅਤੇ ਸਭ ਦੇ ਸਾਰਿਆਂ ਦੇ ਧਿਆਨ 'ਚ ਲਾਇਆ ਹੋਇਆ, ਜਿਹੜੀ ਇਹਨਾਂ ਨੇ ਚਿੱਠੀ ਕੱਢੀ ਹੈ ਕਨਵੀਨਰ ਦੇ ਸੈਨਾਂ ਥੱਲੇ ਜਾਊਗੀ। ਉਹ ਕਨਵੀਨਰ ਨੇ ਚਿੱਠੀ ਕੱਢਤੀ, ਕਨਵੀਨਰ ਦੀ ਸੈਨ ਹੋਣ, ਇਕੱਲੇ ਦੀ ਸੈਨ ਹੋਣਗੇ, ਉਹ ਸੈਨਾਂ ਦਾ ਚਿੱਠੀ ਕੱਢੀ ਆ, ਉਹ ਚਿੱਠੀ ਨੂੰ ਸਾਰਿਆਂ ਨੇ ਮਾਨਤਾ ਦਿੱਤੀ ਹੈ, ਇਹਨਾਂ ਨੇ ਪ੍ਰਵਾਨ ਕੀਤੀ ਹੈ ਅਤੇ ਉਹਦਾ ਜਵਾਬ ਦੇਣ ਵਾਸਤੇ ਵੀ ਇਹਨਾਂ ਨੇ ਸਹਿਮਤੀ ਦਿੱਤੀ। ਪਾਣੀਆਂ ਨੂੰ ਲੈ ਕੇ ਕਹਿੰਦੇ ਵੱਡਾ ਚੱਲ ਰਿਹਾ ਹੈ ਵੀ ਅੰਦੋਲਨ ਸ਼ੁਰੂ ਹੋ ਸਕਦਾ, ਤੁਹਾਡੀ ਉਹਨਾਂ ਦੇ ਨਾਲ ਸਹਿਮਤੀ ਆ ਇਕੱਠੇ ਅੰਦੋਲਨ ਵੱਡਾ ਜਿਵੇਂ ਪਹਿਲਾਂ ਦਿੱਲੀ ਵਾਲਾ ਅੰਦੋਲਨ ਲੜਿਆ ਉਵੇਂ ਲੜਿਆ ਜਾ? ਹਰ ਇੱਕ ਮੁੱਦੇ ਨੂੰ ਹਰੇਕ ਦਾ ਨਜ਼ਰੀਆ ਦੇਖਣ ਦਾ ਹੈ, ਅਸੀਂ ਆਹ ਦੇਖੋ ਰਿਹਾਈ ਵਾਲੇ ਮੁੱਦੇ 'ਤੇ ਵੀ ਸਾਡਾ ਨਜ਼ਰੀਆ ਕਿੱਧਰ ਦਾ ਹੈ, ਪਾਣੀ ਵਾਲੇ ਮੁੱਦੇ 'ਤੇ ਵੀ ਸਾਡਾ ਨਜ਼ਰੀਆ ਕਿੱਧਰ, ਇਕੱਲਾ ਸਾਡਾ ਨਹੀਂ, ਸਾਡੇ ਜਿਹੜੀ ਪਾਣੀ ਦਾ ਸੰਕਟ ਹੈ ਇਹ ਸੰਸਾਰ ਪੱਧਰ ਦਾ ਸੰਕਟ ਆ, ਸੰਸਾਰ ਦਾ ਸੰਕਟ ਬਣਿਆ ਹੋਇਆ ਇਹ। ਇਸ ਵੇਲੇ ਮਤਲਬ ਜਿਹੜੀ ਪਾਣੀ ਦੀ ਖਪਤ ਹੈ ਸਾਡੇ ਕੋਲ, ਮਤਲਬ ਇਹ ਸਭ ਤੋਂ ਜ਼ਿਆਦਾ ਸੰਕਟ ਵਾਲੀ ਹਾਲਤ 'ਚ ਚੀਨ ਹੈ, ਦੂਜੇ ਨੰਬਰ 'ਤੇ ਅਮਰੀਕਾ, ਤੀਜੇ ਨੰਬਰ 'ਤੇ ਆਪਾਂ, ਅਤੇ ਆਪਾਂ ਇਸ ਸੰਕਟ ਵਾਲੀ ਹਾਲਤ ਦੇ ਵਿੱਚ ਪਾਣੀ ਦੀ ਸਮੱਸਿਆ ਨੂੰ ਲਾਇਆ ਕੀ ਰਹੇ ਹਾਂ ਕਿ ਇੱਥੇ ਸਾਡੇ ਕੋਲ ਪਾਣੀ ਕਿੰਨਾ ਹੁੰਦਾ ਸੀ, ਅਸੀਂ ਜਾਨੀ ਅਸੀਂ ਪੰਜਾਬ ਦੇ ਵਿੱਚ ਜਿਹੜੀ ਪਾਣੀ ਦੀ ਵਰਤੋਂ ਕਰਦੇ ਹਾਂ 5,00,000 acre feet ਪਾਣੀ ਅਸੀਂ ਵਰਤ ਦਿੰਦੇ ਹਾਂ ਪੰਜਾਬ 'ਚ, ਅਤੇ ਸਾਡੇ ਕੋਲ ਹੈ ਕਿੰਨਾ 343 feet ਵਿੱਚ ਹੀ ਹੇਠਲਾ, ਵਿੱਚ ਹੀ ਧਰਤੀ ਵਾਲਾ, ਵਿੱਚ ਹੀ ਉਤਲਾ, ਦੋਨੇ ਸਤਹ ਨੂੰ ਲਾ ਕੇ ਇੰਨਾ ਕੁ ਸਾਡੇ ਕੋਲ ਪਾਣੀ ਹੈ। ਜਾਨੀ ਪਾਣੀ ਦੀ ਸਮੱਸਿਆ ਇਹ ਨਹੀਂ ਵੀ ਹਰਿਆਣੇ ਕੋਲ ਬਹੁਤ ਵਾਧੂ ਹੈ, ਸਾਡੇ ਕੋਲ ਜ਼ਮੀਨ 1,00,000 ਹੈਗੀ ਹੈ, 1,05,00,000 acre, ਹਰਿਆਣੇ ਕੋਲ ਮੇਰੇ ਖਿਆਲ 'ਚ 1 crore ਦੇ ਨੇੜੇ ਬਣਦੀ, ਆਪਾਂ ਆਪਣੇ ਨਾਲ 5-6 lakh acre ਘੱਟ ਜ਼ਮੀਨ ਹੈ ਉਹਨਾਂ ਕੋਲ। ਇਹ ਪਾਣੀ ਦੀ ਸਮੱਸਿਆ ਇੱਕ ਤਾਂ ਸਾਡੀ ਹੈਗੀ ਵੰਡ ਦੀ ਸਮੱਸਿਆ, ਇੱਕ ਪਾਣੀ ਦੀ ਸਮੱਸਿਆ, ਪਾਣੀ ਡੂੰਘਾ ਵੱਗ ਗਿਆ, ਪਾਣੀ ਪ੍ਰਦੂਸ਼ਣ ਬਣ ਗਿਆ, ਅਤੇ ਪਾਣੀ 'ਤੇ ਕਿਹਦਾ ਕੰਟਰੋਲ ਹੋਵੇ? ਸੰਸਾਰ ਬੈਂਕ ਦੀ ਪੋਲਿਸੀ ਕਹਿੰਦੀ ਆ ਵੀ ਇਹ ਕੰਪਨੀਆਂ ਦੇ ਹਵਾਲੇ ਕਰ ਦਿਓ, ਹਾਂਜੀ ਬਿਲਕੁਲ, ਅਤੇ ਅਸੀਂ ਤਾਂ ਆਪਦੇ ਚਾਪ 'ਚ ਲੱਡੀ ਜਾਂਦੇ ਵੀ ਆਹ ਪਾਣੀ ਮੈਨੂੰ ਦੇ ਦਿਓ, ਆਹ ਪਾਣੀ ਮੈਨੂੰ ਦਿਓ, ਸੰਸਾਰ ਬੈਂਕ ਜਾ ਵੀ ਮਕਾਰੀ ਇਹਦਾ, ਸੰਸਾਰ ਬੈਂਕ ਕਹਿੰਦੀ ਆ ਵੀ ਪਾਣੀ ਦੀ ਮਾਲਕੀ ਕਾਰਪੋਰੇਟ ਨੂੰ ਦੇ ਦਿਓ, ਉਹ ਨਾ ਹਰਿਆਣੇ ਦੀ ਮਾਲਕੀ ਨਾ ਪੰਜਾਬ ਦੀ ਮਾਲਕੀ, ਸਾਰੇ ਕੰਮ ਪਾਣੀ ਦੇ ਉੱਤੇ, ਪਾਣੀ ਕਿਹੋ ਜਿਹੀ ਵਸਤੂ ਹੈ ਜਿਹੜੀ ਹਰ ਇੱਕ ਮਨੁੱਖ ਨੂੰ ਚਾਹੀਦੀ ਹੈ? ਕਾਰਪੋਰੇਟ ਜੇ ਅਨਾਜ 'ਤੇ ਕਬਜ਼ਾ ਕਰਨ ਆ ਰਿਹਾ, ਜੇ ਕਾਰਪੋਰੇਟ ਨੇ ਵਿੱਦਿਆ 'ਤੇ ਕਬਜ਼ਾ ਕਰ ਲਿਆ, ਜੇ ਕਾਰਪੋਰੇਟ ਨੇ ਬਿਜਲੀ 'ਤੇ ਕਬਜ਼ਾ ਕਰ ਲਿਆ, ਜੇ ਬੰਦਰਗਾਹਾਂ 'ਤੇ ਏਅਰਪੋਰਟਾਂ 'ਤੇ ਕਬਜ਼ਾ ਕਰੀ ਬੈਠਾ, ਤਾਂ ਉਹ ਉਪਜਾਊ ਜ਼ਮੀਨਾਂ ਕਰ 'ਤੇ ਕਬਜ਼ਾ ਕਰਕੇ ਖਾਦ ਪਦਾਰਥਾਂ 'ਤੇ ਕਬਜ਼ਾ ਵੀ ਕਰਨਾ ਚਾਹੁੰਦਾ, ਉਹ ਪਾਣੀ 'ਤੇ ਵੀ ਕਬਜ਼ਾ ਕਰਨਾ ਚਾਹੁੰਦਾ। ਜਾਨੀ ਵੱਡਾ ਹਮਲਾ ਤਾਂ ਇਹਦਾ ਸੰਸਾਰ ਬੈਂਕ ਵਾਲੀ ਪੋਲਿਸੀ ਦਾ, ਅਸੀਂ ਤਾਂ ਇੱਥੇ ਲੜੀ ਜਾਂਦੇ ਹਾਂ ਨਹਿਰ ਤੇਰੀ ਹੈ ਕਿ ਮੇਰੀ ਹੈ, ਅਤੇ ਆਹ ਪਾਣੀ ਤੇਰੇ ਕੋਲ ਕਿੰਨਾ, ਮੇਰੇ ਕੋਲ ਕਿੰਨਾ, ਇਹ ਤਾਂ ਸੰਸਾਰ ਬੈਂਕ ਨੇ ਲੜਾਈ ਮੁਕਾਤੀ। ਸੰਸਾਰ ਬੈਂਕ ਦਾ ਕਹਿਣਾ ਹਦਾਇਤਾਂ ਹੀ ਦੇ ਰਿਹਾ ਵੀ ਭਾਈ ਆਹ ਦੇਖੋ ਦੁੱਧ ਵਾਲਾ ਜਿਹੜਾ ਪ੍ਰੋਜੈਕਟ ਲੱਗਿਆ ਹੋਇਆ, ਬਿਲਕੁਲ ਇਹ ਕਹਿੰਦੇ ਨੇ ਵੀ ਅਸੀਂ ਤਾਂ ਤੁਹਾਡੀ ਪਾਣੀ ਸਾਫ਼ ਕਰਕੇ ਵੇਚਣ ਦੀ ਦੇ ਰਹੇ ਹਾਂ, ਉਹ ਕਹਿਣਗੇ ਲੋਕਾਂ ਨੂੰ ਵੀ ਲੱਗੂ ਵੀ ਯਾਰ ਮਾੜਾ ਕੀ ਹੈ, ਆਹ ਵਧੀਆ ਪਾਣੀ ਦੇਣਗੇ ਆਪਾਂ ਨੂੰ, ਪਰ ਤੁਹਾਨੂੰ ਇਹ ਪਤਾ ਨਹੀਂ ਵੀ ਇਹ ਮਾੜਾ ਹੁਣ ਨਹੀਂ ਲੱਗਦਾ, ਪਹਿਲਾਂ ਜਦੋਂ ਯੂਰੀਆ ਆਇਆ ਉਦੋਂ ਤੁਹਾਨੂੰ ਵਧੀਆ ਲੱਗਦਾ ਹੁੰਦਾ, ਜਦੋਂ ਹਰੀ ਕ੍ਰਾਂਤੀ ਆਈ ਹੈ ਤੁਸੀਂ ਹਾਲਾਂ ਤੋਂ ਖਿਹੜਾ ਛੁੱਟ ਗਿਆ, ਉਹਦੇ ਛਿੱਟੇ ਕੀ ਹੈ? ਇਹ ਦੁੱਧ ਵਾਲੇ ਦੇ ਛਿੱਟੇ ਉਦੋਂ ਨਿਕਲਣਗੇ
ਜਦੋਂ ਤੁਹਾਡਾ 3000 ਰੁਪਿਆ ਬਿੱਲ ਆਇਆ ਕਰੂ ਪੀਣ ਦਾ, ਜਦੋਂ ਐ ਵੀ ਇੰਨੇ ਕਿ ਉਸ ਕਮਾਜਨ ਮਾਉਣ ਤੇ ਪਾਣੀ ਲੱਗ ਗਿਆ, ਇੰਨੇ ਕੱਪੜੇ ਧੋਣ ਤੇ ਲੱਗ ਗਿਆ, ਇਹਦਾ ਬਿੱਲ ਆਇਆ ਕਰੂਗਾ, ਉਦੋਂ ਪਤਾ ਲੱਗਣਾ ਇਹ ਚਿੱਟੇ ਹਾਥੀ ਨੇ ਜਿਹੜੇ ਇਹ ਤੁਹਾਡਾ ਖੂਨ ਚੂਸਣ ਵਾਸਤੇ ਲੱਗਣੇ। ਇਹ ਸੰਸਾਰ ਬੈਂਕ ਦੀ ਪਾਣੀ ਦੀ ਪਾਲਿਸੀ ਹੈ, ਸੰਸਾਰ ਬੈਂਕ ਅਟੈਕ 'ਤੇ ਆਇਆ ਹੋਇਆ, ਸੰਸਾਰ ਬੈਂਕ ਕਾਰਪੋਰੇਟ ਨੂੰ ਕਬਜ਼ਾ ਦਵਾ ਕੇ ਇਹ ਤੁਹਾਨੂੰ ਤਿਪਕਾ ਤੁਪਕਾ ਪਾਣੀ ਦਾ ਵੇਚਿਆ ਕਰੂਗਾ। ਪ੍ਰਧਾਨ ਜੀ, ਸਵਾਲ ਜ਼ਰੂਰ ਇਹ ਲੱਗੂਗਾ ਵੀ ਕੌੜਾ ਜਿਹਾ, ਕਿਉਂਕਿ ਜਦੋਂ ਆਪਾਂ ਉੱਥੇ ਦੋਧਰ ਵਾਲੇ ਦੀ ਤੁਸੀਂ ਗੱਲ ਕੀਤੀ ਆ, ਉੱਥੇ ਆਪਾਂ ਧਰਨਾ ਲਾਈ ਰੱਖਿਆ, ਲੜਾਈ ਵੀ ਲੜੀ, ਕਹਿੰਦੇ ਮਗਰੋਂ ਹੁਣ ਕਹਿੰਦੇ ਚੁੱਪ ਕਰ ਗਏ ਆ, ਉਹਦੇ ਬਾਰੇ ਜ਼ਰੂਰ ਦਰਸ਼ਕਾਂ ਨੂੰ ਦੱਸੋ। ਇੱਥੇ ਹਲਕੇ ਦੇ ਵਿੱਚ ਵੱਡੀ ਗੱਲ ਇਹ ਚੱਲ ਰਹੀ ਆ ਕਿ ਉਹ ਲੜਾਈ ਆਪਣੀ ਜਾਰੀ ਆ ਜਾਂ ਕਿਵੇਂ ਲੜਾਈ ਲੜੂ, ਕਿਉਂਕਿ ਬਹੁਤ ਵੱਡੀ ਲੜਾਈ ਆ ਜਿਹੜੀ ਤੁਸੀਂ ਦੱਸਿਆ ਪਾਣੀਆਂ ਦੀ, ਕਿਉਂਕਿ ਵਰਲਡ ਬੈਂਕ ਜੇ ਐਂ ਲੈ ਜਾਂਦੀ ਆ ਤਾਂ ਬਹੁਤ ਕਿਸਾਨ ਤਾਂ ਜਮ੍ਹਾਂ ਹੀ ਮਾਰਿਆ ਜਾਊਗਾ ਜੀ। ਅਸੀਂ ਇਹ ਲੜਾਈ ਜਿਹੜੀ ਛੇੜੀ ਹੈ, ਹਾਂਜੀ, ਉਦੋਂ ਅਸੀਂ ਹਿੰਦੁਸਤਾਨ ਦੇ ਆਪਾਂ ਜਥੇਬੰਦੀਆਂ 'ਚ ਵੀ ਗੱਲ ਰੱਖੀ, ਪੰਜਾਬ ਦੀਆਂ ਜਥੇਬੰਦੀਆਂ 'ਚ ਵੀ ਗੱਲ ਰੱਖੀ, ਪਾਣੀ ਵਾਲਾ ਮੁੱਦਾ ਬਹੁਤ ਵੱਡਾ ਮੁੱਦਾ, ਇੱਕ ਜਥੇਬੰਦੀ ਤੋਂ ਨਹੀਂ ਲੜੇ ਜਾਣਾ, ਅਸੀਂ ਇਹਦਾ ਮੁੱਢ ਬੰਨਿਆ। ਹਾਂਜੀ, ਹੁਣ ਭਲਾ ਮੈਨੂੰ ਇਹ ਦੱਸੋ, ਜੀਰਾ ਫੈਕਟਰੀ ਦੀ ਲੜਾਈ ਪਾਣੀ ਵਾਲੀ ਲੜਾਈ ਨਹੀਂ ਹੈ? ਹਾਂਜੀ ਬਿਲਕੁਲ, ਉਹ ਚੱਲ ਨਹੀਂ ਰਹੀ, ਚੁੱਪ ਕਿਵੇਂ ਕਰ ਗਏ ਅਸੀਂ? ਅਸੀਂ ਕਹਿੰਦੇ ਅਸੀਂ ਨਹੀਂ ਚੁੱਪ ਕਰੇ, ਚੁੱਪ ਤਾਂ ਤੁਸੀਂ ਕਰਕੇ ਜਿਹੜੇ ਦੂਜੇ ਨੇ ਕੋਈ ਬੋਲਿਆ, ਉਹ ਚੁੱਪ ਕਰਕੇ ਜਿਹੜੀ ਅਸੀਂ ਤਾਂ 5 ਦਿਨ ਦੇ ਮੋਰਚੇ ਲਾ ਤੇ, ਤੁਸੀਂ ਹੰਕਾਰਾ ਦੇਣਾ ਸੀ ਨਾ ਬਾਈ, ਇਹਨੇ ਰਾਜੇਵਾਲ ਨੇ ਰੱਖਿਆ ਹੋਇਆ ਸੀ ਇੱਕ ਪ੍ਰੋਗਰਾਮ ਪਾਣੀਆਂ ਦੇ ਮੁੱਦੇ 'ਤੇ, ਉਹ ਵੀ ਵਾਪਸ ਲੈ ਗਿਆ, ਦੂਜੀਆਂ ਜਥੇਬੰਦੀਆਂ ਕੀ ਕਹਿੰਦਾ ਛੋਟੇ ਛੋਟੇ ਐਕਸ਼ਨ ਜਾਂ ਕਰਕੇ ਉਹ ਵੀ ਵਾਪਸ ਲੈ ਗਏ। ਅਸੀਂ ਤਾਂ ਸਟੈਂਡ ਕਰਦੇ ਹਾਂ, ਸਾਨੂੰ ਤਾਂ ਹੋਰ ਗੱਲਾਂ ਨੇ ਅਜੇ ਫੁਰਸਤ ਲੈਣ ਦਿੰਦੀਆਂ, ਅਸੀਂ ਜੀਰਾ ਫੈਕਟਰੀ ਦੇ ਵਿੱਚ ਸਾਡਾ 100 ਬੰਦਾ ਹਰ ਰੋਜ਼ ਜਾਂਦਾ, ਬਿਲਕੁਲ ਦੱਸੋ ਵੀ ਕਿਹੜੀ ਜਥੇਬੰਦੀ 'ਤੇ ਜਾਂਦਾ, ਉਹ ਪਾਣੀ ਵਾਲੀ ਲੜਾਈ ਨਹੀਂ ਪਾਣੀਆਂ ਦੀ? ਅਤੇ ਸਾਡੀ ਮੰਗ ਪੱਤਰ ਜਿਹੜਾ ਅਸੀਂ ਹੁਣੇ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਕਰਕੇ ਹਾਂ, ਮੰਗ ਪੱਤਰ ਦੇ ਵਿੱਚ ਅਸੀਂ ਜੀਰੇ ਵਾਲਾ ਗੱਲ ਉਠਾਈ ਹੈ, ਮੁੱਖ ਮੰਤਰੀ ਨਾਲ ਪਹਿਲਾਂ ਮੀਟਿੰਗਾਂ ਹੁੰਦੀਆਂ ਨੇ, ਸਰ ਜੀਰੇ ਵਾਲੀ ਗੱਲ ਸਾਡੀ ਵਿੱਚ ਹੁੰਦੀ ਹੈ, ਅਸੀਂ ਤਾਂ ਪਾਣੀਆਂ ਦੀ ਲੜਾਈ 'ਤੇ ਪੂਰਾ ਸਟੈਂਡ ਕਰਦੇ ਹਾਂ, ਜੱਟ ਕੇ ਹੱਥ ਪਾਇਆ ਹੋਇਆ। ਇਹ ਜਿਹੜਾ 5 ਦਿਨ ਦਾ ਅਸੀਂ ਮੋਰਚਾ ਲਾਇਆ ਸੀ, ਇਹ ਪ੍ਰਚਾਰ ਵਾਸਤੇ ਲਾਇਆ ਸੀ, ਉਦੋਂ ਪਹਿਲਾਂ ਪਿੰਡਾਂ 'ਚ ਲਏ ਨੇ ਪਿੰਡਾਂ ਦੀ ਟੈਂਕੀਆਂ ਦੇ, ਇਹ ਲੋਕਾਂ ਨੂੰ ਦੱਸਣ ਵਾਸਤੇ ਲਾਇਆ ਸੀ ਸਾਡੀ ਤਾਂ ਲੜਾਈ ਜਾਰੀ ਹੈ, ਅਸੀਂ ਛੱਡਿਆ ਨਹੀਂ, ਅਸੀਂ ਸਾਨੂੰ ਪਤਾ ਵੀ ਇਹ ਲੜਾਈ ਵੱਡੀ ਹੈ ਅਤੇ ਲੰਮੀ ਹੈ, ਲੰਮੀ ਲੜਾਈ ਅਤੇ ਵੱਡੀ ਲੜਾਈ ਨੂੰ ਸਮਾਂ ਦੇ ਕੇ ਐਂ ਚੱਲਦੇ ਰੱਖਣਾ ਹੁੰਦਾ, ਕੰਟੀਨਿਊਟਾ ਜਾਰੀ। ਪ੍ਰਧਾਨ ਜੀ, ਜਿਹੜੀ ਜੀਰਾ ਫੈਕਟਰੀ ਤੁਸੀਂ ਗੱਲ ਕੀਤੀ ਹੈ, ਭਗਵੰਤ ਮਾਨ ਜੀ ਇੱਕਦਮ ਫੈਸਲਾ ਲੈ ਲੈਂਦੇ ਵੀ ਫੈਕਟਰੀ ਬੰਦ, ਤੁਰੰਤ ਪ੍ਰਭਾਵ ਹੇਠਾਂ, ਤੁਹਾਨੂੰ ਪਤਾ ਵੀ ਤੁਰੰਤ ਪ੍ਰਭਾਵ ਹੇਠਾਂ ਵੀ ਇੱਥੇ ਕਿਹਾ ਅਤੇ ਉੱਥੇ ਫੈਕਟਰੀ ਬੰਦ, ਉਹ ਕਹਿੰਦੇ ਸਾਨੂੰ ਲਿਖਤੀ ਦੇ ਦਿਓ, ਪਹਿਲਾਂ ਧਰਨਾ ਵੀ ਹੋ ਸਕਦਾ ਚੱਕਿਆ ਜਾਂਦਾ ਉਦੇ, ਪਰ ਤੁਸੀਂ ਕਿਹਾ ਵੀ ਲਿਖਤੀ ਮੰਗਿਆ ਉਹਨਾਂ ਨੇ, ਲਿਖਤੀ ਦਿੱਤਾ ਨਹੀਂ, ਕਿਵੇਂ ਦੇਖਦੇ ਹੋ ਸਰਕਾਰ ਦੀ ਨੀਤੀ? ਅਸੀਂ ਤਾਂ ਉਸੇ ਦਿਨ ਹੀ ਕਿਹਾ ਸੀ ਵੀ ਦੇਖੋ ਭੁਲੇਖਾ ਖਾ ਜਾਓ, ਜਦੋਂ ਅਸੀਂ ਆਏ ਅਸੀਂ ਉੱਧਰੋਂ ਅੰਮ੍ਰਿਤਸਰ ਕਣੀ ਆ ਰਹੇ, ਸਾਨੂੰ ਰਾਹ ਸੁਨੇਹਾ ਆਇਆ ਵੀ ਤੁਸੀਂ ਆਉਂਦੇ ਸੀ ਇੱਧਰ ਦੀ ਹੋ ਕੇ ਜਾਓ, ਅਸੀਂ ਉਸ ਦਿਨ ਤੁਹਾਨੂੰ ਪਤਾ ਹੋਵੇ ਸ਼ਾਇਦ ਅਸੀਂ ਉੱਥੇ ਜਾ ਕੇ ਵੀ ਆਏ ਹਾਂ, ਅਤੇ ਅਸੀਂ ਤਾਂ ਉੱਥੇ ਕਿਹਾ ਸੀ ਵੀ ਕਾਹਲ ਨਾ ਕਰ ਜਾਓ, ਇਹ ਪੱਤੇ ਕਿਤੇ ਖੁਸ਼ੀਆਂ ਨਾਲ ਲੱਡੂ ਵੰਡੀ ਜਾਂਦੇ ਹੋ, ਕਿਤੇ ਚੱਕ ਕੇ ਟੈਂਟ ਫੋੜੀ ਘਰ ਨੂੰ ਭੱਗ ਜਾਓ, ਡੀ ਜੇ ਲਾ ਕੇ ਭੰਗੜਾ ਵੀ, ਹਾਂ ਜਿੰਨਾ ਚਿਰ ਤੱਕ ਤੁਹਾਨੂੰ ਲਿਖਤੀ ਨਹੀਂ ਮਿਲਦਾ ਉਹਦਾ ਚਿਰ ਸਮਝੋ ਤੁਹਾਡੀ ਲੜਾਈ ਜਿੱਤੀ ਨਹੀਂ ਗਈ, ਅਸੀਂ ਦਿੱਲੀ ਜਿਹੜਾ ਕੁਛ ਛੱਡਿਆ ਅਜੇ ਤੱਕ ਲਟਕਦਾ ਫਿਰਦਾ, ਇਸ ਕਰਕੇ ਇਹ ਛੱਡ ਨਾ ਜਾਇਓ, ਇਹ ਲੜਾਈ ਲਿਖਤੀ ਲਏ ਬਿਨਾਂ ਫਾਈਨਲ ਨਹੀਂ ਹੁੰਦੀ, ਅਤੇ ਸਰਕਾਰਾਂ ਬਹੁਤ ਕੁਛ ਕਹਿੰਦੀਆਂ ਹੁੰਦੀਆਂ ਨੇ, ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਪ੍ਰਧਾਨ ਜੀ, ਆਖਰ 'ਤੇ ਇੱਕ ਸਵਾਲ ਆ, ਜਥੇਬੰਦੀ ਨੂੰ ਲੈ ਕੇ ਵੀ ਹੋ ਜਾਂਦਾ, ਕਹਿੰਦੇ ਪਹਿਲਾਂ ਸੰਗਰੂਰ ਅੱਲੀ ਰੌਲਾ ਪੈਂਦਾ, ਫਿਰ ਆਏ ਜੋ ਹਊਆ ਬਣਾ ਦਿੱਤਾ ਜਾਂਦਾ, ਦਫਾੜ ਹੋ ਗਈ ਜੀ ਜਥੇਬੰਦੀ, ਖਿੰਡ ਗਈ ਜੀ ਜਥੇਬੰਦੀ, ਇੱਥੇ ਵੀ ਕੁਝ ਆਗੂਆਂ ਨੂੰ ਬਾਹਰ ਦਾ ਕਹਿੰਦੇ ਜਥੇਬੰਦੀ 'ਚੋਂ ਰਸਤਾ ਦਿਖਾਇਆ, ਕਿਵੇਂ ਦੇਖਦੇ ਹੋ ਸਾਰੇ ਮਾਮਲੇ ਕੀ ਸੀ? ਕਿਉਂਕਿ ਮਾਲਵੇ ਦੇ ਵਿੱਚ ਵੱਡਾ ਗਾੜਾ ਜਥੇਬੰਦੀ ਦਾ, ਲੋਕਾਂ ਨੂੰ ਆਸਾ ਵੀ ਆ ਉਗਰਾਹਾਂ ਜਥੇਬੰਦੀ ਤੋਂ, ਕੀ ਕਹਿਣਾ ਚਾਹੁੰਦੇ ਹੋ? ਜੱਟਾਂ ਅਸੀਂ, ਜੱਟਾਂ ਦੀ ਜਥੇਬੰਦੀ ਆ, ਜੱਟ ਸਾਹਮਣੇ ਬਹੁਤ ਔਖੇ, ਜੱਟ ਡਿਸਪਲਾਈਨ 'ਚ ਨਹੀਂ ਰਹਿ ਸਕਦਾ ਹੁੰਦਾ, ਜਦੋਂ ਜੱਟ ਡਿਸਪਲਾਈਨ 'ਚ ਰਹਿਣਾ ਸਿੱਖ ਜੇ ਨਾ ਅਤੇ ਉਹਦੇ ਵਰਗਾ ਲੜਾਕਾ ਜੀ, ਆਹ ਦੋ ਗੱਲਾਂ ਨੇ। ਅਸੀਂ ਜਥੇਬੰਦੀ 'ਚ ਐਂ ਵੱਜ ਕੇ ਵੀ ਯਾਰ ਤੂੰ ਹੁੰਦਾ ਕੌਣ ਆ ਮੈਨੂੰ ਹੁਕਮ ਦੇਣ ਵਾਲਾ, ਇਹ ਗੱਲ 'ਚੋਂ ਇਹ ਗੱਲ ਮਿਟਾਉਣੀ ਚਾਹੁੰਦੇ ਹਾਂ। ਭਲਾ ਜੇ ਬੰਦੇ ਨੂੰ ਮੂਹਰਲੇ ਨੂੰ ਪਤਾ ਹੋਵੇ ਵੀ ਯਾਰ ਇਹ ਕਿਹੜਾ ਆਪਦੇ ਖਾਤਰ ਭੇਜਦਾ ਕੋਈ ਕੰਮ ਕਰਦਾ, ਇੱਕ ਜਥੇਬੰਦੀ ਦਾ ਜਾਬਤਾ ਜਦੋਂ ਰਹਿੰਦੇ ਅਸੀਂ, ਫਰਜ਼ ਕਰ ਲਓ ਕਈ ਵਾਰੀ ਐਂ ਹੁੰਦਾ ਸੀ ਅਸੀਂ ਕਹਿੰਦੇ ਵੀ ਆਪਾਂ ਜਾ ਕੇ ਜੇ ਚੁੱਪ ਕੇ ਬਹਿ ਜਾਈਏ, ਚੁੱਪ ਵੀ ਆਪਦੇ ਆਪ 'ਚ ਇੱਕ ਐਜੀਟੇਸ਼ਨ ਹੈ, ਚੁੱਪ ਬੈਠੋਗੇ ਤਾਂ ਜੇ ਕਿਸੇ ਦਾ ਗੱਲ ਮੰਨੋਗੇ, ਬਿਲਕੁਲ ਜੇ ਤੁਸੀਂ ਚੁੱਪ ਬੈਠੇ ਹੋ, ਆਪਣੇ ਇੱਥੇ ਤੁਰਿਆ ਜਾਂਦਾ ਕੋਈ ਬੰਦਾ ਉਹ ਚੁੱਪ ਕੇ ਬੈਠਾ, 200 ਬੰਦਾ ਜਮੇ ਨਹੀਂ ਬੋਲਦਾ, ਨਾ ਨਾਰੇ ਮਾਰਦਾ ਨਾ ਗਾਲ ਕੱਢਦਾ ਕੁਛ ਨਹੀਂ, ਉਹ ਐਂ ਸੋਚ ਵੀ ਯਾਰ ਐਂ ਕੱਲ ਵੀ ਚੁੱਪ ਬੈਠੇ ਸੀ ਅੱਜ ਵੀ ਚੁੱਪ ਬੈਠੇ, ਯਾਰ ਗੱਲ ਕੀ ਹੈ ਪੁੱਛਣ ਆਊਗਾ ਨਾ, ਪ੍ਰਭਾਵ ਪੈਂਦਾ ਨਾ ਉੱਥੇ, ਇਹ ਗੱਲ ਵੀ ਜਾਬਤੇ ਨਾਲ ਹੀ ਹੁੰਦੀ ਹੈ, ਜਿਹੜੀ ਜਥੇਬੰਦੀ 'ਚ ਜਾਬਤੇ ਨਹੀਂ ਉਹ ਜਥੇਬੰਦੀ ਗਾਹਾਂ ਲੜ ਹੀ ਨਹੀਂ ਸਕਦੀ, ਅਤੇ ਜੇ ਲੜੂਗੀ ਤਾਂ ਜਿੱਤ ਨਹੀਂ ਸਕਦੀ, ਇਸ ਕਰਕੇ ਇਹ ਜਥੇਬੰਦੀ 'ਚ ਨਵਾਂ ਹਿੱਸਾ ਆਇਆ ਸੀ, ਦਿੱਲੀ ਅੰਦੋਲਨ 'ਚ ਬਹੁਤ ਸਾਰੇ ਨਵੇਂ ਵੀ ਹਿੱਸੇ ਰਲੇ ਨੇ, ਉਹਨਾਂ 'ਚ ਬਹੁਤ ਸਾਰਾ ਹਿੱਸਾ ਵਿੱਚ ਵੀ ਰਹਿ ਗਿਆ
ਤੇ ਕੁਝ ਹਿੱਸਾ ਦੇ ਉਹ ਹੰਕਾਰ ਕਰਕੇ ਨਿਖੜ ਵੀ ਗਿਆ। ਇੰਨੀ ਕੀ ਇਹ ਗੱਲ ਹੈ ਜੀ, ਇਕੱਲੀ ਜਾਪਤੀ ਦੀ ਗੱਲ ਹੈ, ਕੋਈ ਲੈਣ ਦੇਣ ਦਾ ਜਾਂ ਪੈਸਿਆਂ ਦੇ ਗਬਨ ਗੁਬਨ ਦੀ ਤਾਂ ਨਹੀਂ ਇਹਦੇ ਵਿੱਚ, ਇਹੋ ਜਿਹਾ ਹੁੰਦਾ ਹੀ ਹੈ। ਇਹ ਵਿੱਚ ਹੀ ਆ ਗਈ ਇਹਦੀ, ਉਹ ਵੀ ਜਾਪਤੇ ਵਾਲੀ ਗੱਲ ਹੀ ਹੁੰਦੀ ਹੈ। ਵਿੱਚ ਸਾਡੇ ਇਹੋ ਜਿਹੇ ਹੁੰਦੇ ਨੇ ਵੀ ਯਾਰ ਸਾਨੂੰ, ਮੈਂ ਸਾਨੂੰ ਮੇਰੇ ਯਾਦ ਹੈ ਇੱਕ ਜਦੋਂ 2000 ਅਸੀਂ ਦੋ ਜਥੇਬੰਦੀ ਬਣਾਈ ਹੈ, ਮੈਂ ਬਰੇਟ ਏਰੀਏ 'ਚ ਚਲਾ ਗਿਆ, ਉੱਥੇ ਇੱਕ ਬੰਦੇ ਦੇ ਵਿੱਚੋਂ ਨੁਕਸ ਫੜਿਆ ਗਿਆ ਵੀ ਯਾਰ ਤੂੰ ਆਹ ਨੁਕਸ ਜੇ ਕਰਦਾ ਫਿਰਦਾ ਇਹਦਾ ਜਵਾਬ ਦੇ। ਕਹਿੰਦਾ ਜੀ ਇਹਨੂੰ ਜਗਰਾਜ ਨੂੰ ਪੁੱਛੋ। ਮੈਂ ਇਹਨੂੰ ਪੁੱਛ ਕੇ ਆਇਆ ਸੀ ਵੀ ਯਾਰ ਜਥੇਬੰਦੀ 'ਚ ਕੁਛ ਬਣ ਬੁਣ ਵੀ ਜਾਂਦਾ। ਉਹ ਕਹਿੰਦਾ ਹੁਣ ਬਣਦਾ ਬੁਣਦਾ ਕੁਛ ਹੈ ਨਹੀਂ, ਤੇ ਮੈਨੂੰ ਤਾਂ ਫਿਰ ਆਹ ਕੁਛ ਕਰਨਾ ਪੈ ਗਿਆ ਜੀ, ਮੈਂ ਤਾਂ ਆਇਆ ਸੀ, ਇੱਧਰ ਕੁਛ ਬਣਦਾ ਨਹੀਂ ਪ੍ਰਧਾਨ ਜੀ, ਮੇਰੇ ਤੋਂ ਅਸਤੀਫਾ ਲੈ ਲਓ। ਜਿਹਨੀ ਜੇ ਕੁਛ ਬੰਦੇ ਆਏ ਆ ਜਾਂਦੇ ਨੇ ਵੀ ਜਥੇਬੰਦੀ ਦਾ ਕੱਦ ਬਹੁਤ ਵਧੀਆ ਬਣ ਗਿਆ, ਐਸ ਪੀ ਨੂੰ ਫੋਨ ਕਰ ਉਹ ਚੱਕ ਲੈਂਦਾ, ਡੀ ਸੀ ਨੂੰ ਫੋਨ ਕਰ ਉਹ ਚੱਕ ਲੈਂਦਾ, ਤੇ ਪਟਵਾਰੀ ਖੜਾ ਹੋ ਜਾਂਦਾ, ਬਿਜਲੀ ਵਾਲੇ ਫੋਨ ਕਰਕੇ ਪੁੱਛਦੇ ਨੇ ਪ੍ਰਧਾਨ ਜੀ ਦੀ ਲਾਈਟ ਦੇ ਉਹ ਚੈੱਕ ਨਹੀਂ ਕਰਨ ਆਉਂਦੇ, ਵੀ ਹੁਣ ਫਿਰ ਚਾਰ ਪੈਸੇ ਬਣਾ ਲੈਣੇ। ਇਹੋ ਜਿਹੇ ਬੰਦੇ ਇਹੋ ਜਿਹੀ ਲਾਲਸਾ ਨਾਲ ਬਹੁਤ ਆਉਂਦੇ ਨੇ, ਉਹਨਾਂ 'ਤੇ ਅਸੀਂ ਕਾਰਵਾਈ ਵੀ ਕੀਤੀ। ਪ੍ਰਧਾਨ ਜੀ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹੈ, ਜਿਹੜੇ ਤੁਸੀਂ ਲੜਾਈਆਂ ਲੜ ਰਹੇ ਆ, ਕਿੰਨੀ ਕੁ ਆਸ ਆ ਕਿਸੇ ਸਰਕਾਰ ਤੋਂ ਹੈ ਕਿ ਆਈ ਬਸ ਸੰਘਰਸ਼ੀ ਸਾਰੀ ਜ਼ਿੰਦਗੀ ਲੜਨਾ ਪੈਂਦਾ ਕਿਸਾਨ? ਦੇਖੋ ਸਾਡੇ ਵਾਸਤੇ ਖੁਸ਼ੀ ਦੀ ਗੱਲ ਇਹ ਹੈ ਵੀ ਲੋਕ ਲੜਨਾ ਸਿੱਖ ਗਏ, ਸਾਡੇ ਵਾਸਤੇ ਖੁਸ਼ੀ ਦੀ ਗੱਲ ਇਹ ਹੈ ਵੀ ਲੋਕ ਗੱਲ ਸਮਝ ਗਏ, ਲੋਕ ਸਾਨੂੰ ਵੀ ਸਵਾਲ ਕਰਨ ਲੱਗ ਗਏ, ਸਾਡੇ 'ਤੇ ਵੀ ਨਿਗਾਹ ਰੱਖਣ ਲੱਗ ਗਏ। ਇਹ ਸਾਡੇ ਵਾਸਤੇ ਸਾਡੀ ਪ੍ਰਾਪਤੀ ਹੈ। ਅਸੀਂ ਇੱਦੋਂ ਕਹਾਂ ਪ੍ਰਾਪਤ ਕੀ ਕਰ ਲਿਆ, ਬਹੁਤ ਛੋਟੀਆਂ ਗੱਲਾਂ ਨੇ, ਕੁਰਕੀਆਂ ਬੰਦ ਕਰਤੀਆਂ, ਮੀਟਰ ਨਹੀਂ ਬਾਹਰ ਲੱਗਣ ਦਿੱਤੇ, ਗ੍ਰਿਫਤਾਰੀਆਂ ਬੰਦ ਕਰਤੀਆਂ, ਜ਼ਮੀਨਾਂ ਕਹਿਰ ਨਹੀਂ ਹੋਣ ਦਿੰਦੇ, ਆਹ ਮਿੱਟੀ ਮੁੱਟੀ ਦੇ ਕੋਈ ਧੱਕਾ ਕਰਦਾ ਉਹਨੂੰ ਰੋਕ ਦਿੰਦੇ ਹਾਂ, ਬਿਜਲੀ ਵਾਲਾ ਕੋਈ ਧੱਕਾ ਕਰਦਾ ਉਹਨੂੰ ਰੋਕ ਦਿੰਦੇ ਹਾਂ, ਪੁਲਿਸ ਧੱਕਾ ਕਰਦੀ ਆ ਕੋਈ ਉਹ ਰੋਕ ਦਿੰਦੇ ਹਾਂ, ਕੁਛ ਗੱਲਾਂ ਅਸੀਂ ਕਰਨ ਸਿੱਖ ਗਏ। ਸਾਡਾ ਇਹ ਰਾਹ ਦੀ ਪਹਿਲੀ ਪੌੜੀ ਹੈ ਜਿਹੜੀ ਇਸ ਸਕੂਲ ਦੀ ਅਸੀਂ ਚੜ੍ਹ ਗਏ। ਇਦੋਂ ਕਹਾਂ ਅਸੀਂ ਕਹਾਂ ਵੱਧਦੇ ਜਾਵਾਂਗੇ, ਹੁਣ ਅਸੀਂ ਵੱਡਾ ਮੋਰਚਾ ਜਿੱਤ ਕੇ ਆਏ ਹਾਂ, ਹੁਣ ਸਾਨੂੰ ਪਤਾ ਲੱਗ ਗਿਆ ਵੀ ਵੱਡੇ ਵੱਡੇ ਮੋਰਚੇ ਜਿੱਤੀ ਦੇ ਕਿਵੇਂ ਹੁੰਦੇ ਨੇ, ਕਿਹਨਾਂ ਕਿਹਨਾਂ ਨਾਲ ਸਾਂਝ ਹੈ। ਹੁਣ ਜਿਹੜੇ ਸਾਡੇ ਸਾਥੀ ਸਾਡੇ ਨਾਲ ਕੰਮ ਕਰਦੇ ਨੇ, ਜਿਹਨਾਂ ਨੂੰ ਕਹਿੰਦੇ ਮਜ਼ਦੂਰਾਂ ਨਾਲ ਸਾਥ ਪਾਉਣਾ, ਇਹ ਉਹਦੀ ਕਹਿਣਗੇ ਚਲੋ ਜੀ, ਇਹਨਾਂ ਤੋਂ ਕੋਈ ਸਵਾਲ ਨਹੀਂ ਵੀ ਇਹਨਾਂ ਤੋਂ ਕੀ ਲੈਣਾ ਜੀ ਅਸੀਂ, ਜੇ ਕਹਿੰਦੀ ਆਹ ਮੁਲਾਜ਼ਮ ਨੇ, ਬੇਰੁਜ਼ਗਾਰ ਨੇ, ਵਿਦਿਆਰਥੀ ਨੇ, ਇਹਨਾਂ ਦਾ ਸਹਿਯੋਗ ਲੈਣਾ ਤੇ ਦੇਣਾ, ਤਾਂ ਇਹ ਕਹਿਣਗੇ ਵੀ ਲੈ ਲਓ ਜੀ, ਹਾਂ ਚੱਲਾਂਗੇ ਚੱਲਾਂਗੇ। ਜਿਹਨੇ ਇਹਨਾਂ ਦੇ ਸਵਾਲ ਮੁੱਕ ਗਏ ਸਾਂਝੇ ਸਰਗਰਮੀਆਂ ਦੇ, ਇਕੱਠੇ ਹੋ ਕੇ ਲੜਨ ਦੇ, ਇਹਨਾਂ ਨੂੰ ਤਰੀਕਾ ਆ ਗਿਆ, ਹੌਲੀ ਹੌਲੀ ਰਸਤਾ ਪੈ ਜੂਗਾ, ਲੈ ਜਾਂਗੇ ਸਿਰੇ। ਠੀਕ ਹੈ ਜੀ, ਧੰਨਵਾਦ ਹੈ। ਸੋ ਇਹ ਸਨ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਕਿਉਂਕਿ ਵੱਡਾ ਚਿਹਰਾ ਹੈ, ਦਿੱਲੀ ਅੰਦੋਲਨ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਸੀ, ਕੋਈ ਵੀ ਮੁੱਦਾ ਹੋਵੇ ਉਹਨੂੰ ਇਹ ਜਥੇਬੰਦੀ ਹੈ ਜਿਹੜੀ ਮੂਹਰੇ ਹੋ ਕੇ ਲੜਦੀ ਹੈ। ਸੋ ਅੱਗੇ ਵੀ ਅਪਡੇਟ ਦੇਵਾਂਗੇ, ਬਣੇ ਰਹੋ। ਕੈਮਰਾ ਪਰਸਨ ਰਮੇਸ਼ ਧਾਲੀਵਾਲ ਦੇ ਨਾਲ ਚਮਕੌਰ ਸਿੰਘ ਲੋਪੋ, ਮੋਗਾ।